ਗੁਰੂ ਰੂਪਿਆਰੀ ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਦੋ ਪੱਤਰ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਹਾਂ ਬੜੇ ਸੰਖੇਪ ਸ਼ਬਦਾਂ ਵਿੱਚ ਤਤ ਦੀ ਗੱਲ ਦਰਸਾਈ ਕਿ ਕਮਾਂਕਾਰਾਂ ਦੇ ਦਬਾਅ ਵਿੱਚ ਦਿਲ ਨੂੰ ਸਖਣਾ ਕਰ ਬੈਠਣਾ ਅਸਲ ਘਾਟਾ ਹੈ ਤੇ ਦੂਜੇ ਪੱਤਰ ਵਿੱਚ ਆਪ ਜੀ ਨੇ ਇਹ ਦਰਸਾਇਆ ਹੈ ਕਿ ਜੋ ਵੀ ਪ੍ਰੇਮ ਭੇਟਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਵਿੱਚ ਬਾਵਨਾ ਨਾਲ ਲੈ ਕੇ ਜਾਂਦੇ ਹਾਂ ਉਸ ਦਾ ਅਸਰ ਸਾਡੇ ਮਨ ਤੇ ਪੈਂਦਾ ਹੈ ਤੇ ਜੀਵਨ ਦਾ ਲਾਹਾ ਆਪਣੇ ਅੰਦਰ ਮਾਲਕ ਨੂੰ ਆਪਣੀ ਟੇਕ ਬਣਾ ਕੇ ਉਸ ਤੇ ਟਿਕੇ ਰਹਿਣਾ ਇਹ ਆਨੰਦ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਪਹਿਲਾ ਪੱਤਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ 28 ਜੂਨ 1912 ਪਵਿੱਤਰ ਆਤਮਾ ਜੀ ਆਪਣੇ ਸਮੇਂ ਨੂੰ ਸੰਭਾਲਿਆ ਕਰੋ ਨਾਮ ਕਹੈ ਤਿ ਲੋਚਨਾ ਮੁਖਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਕਮਾਂ ਦੇ ਦਬਾਅ ਵਿੱਚ ਦਿਲ ਸਖਣਾ ਕਰ ਬੈਠਣਾ ਅਸਲ ਕਾਟਾ ਹੈ ਦਿਲ ਸਾਈਂ ਦੇ ਕੰਮ ਚੰਗੇ ਤੋਂ ਚੰਗੇ ਕਰਦਾ ਰਹੇ ਤਦ ਹੀ ਜੀਉਂਦਾ ਹੈ ਨਹੀਂ ਤਾਂ ਮੌਤ ਬਰਾਬਰ ਸਾਡਾ ਜੀਵਨ ਹੈ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਈ ਸਵਾਸ ਸੰਭਾਲੋ ਹਾਂਜੀ ਕੰਮਾਂ ਦੇ ਦਬਾਅ ਵਿੱਚ ਦਿਲ ਸਖਣਾ ਕਰ ਬੈਠਣਾ ਅਸਲ ਕਾਟਾ ਹੈ ਦਿਲ ਸਾਈਂ ਦੇ ਕੰਮ ਚੰਗੇ ਤੋਂ ਚੰਗੇ ਕਰਦਾ ਰਹੇ ਤਦ ਹੀ ਜੀਉਂਦਾ ਹੈ ਨਹੀਂ ਤਾਂ ਮੌਤ ਬਰਾਬਰ ਸਾਡਾ ਜੀਵਨ ਹੈ ਸੋ ਜੀਵੇਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਏ ਸਵਾਸ ਸੰਭਾਲੋ ਹਿਤਕਾਰੀ ਵੀਰ ਸਿੰਘ ਦੂਸਰਾ ਪਤਰ ਇਕ ਓਨਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ 11 ਸਤੰਬਰ 1912 ਪਵਿੱਤਰ ਆਤਮਾ ਜੀ ਪ੍ਰਸਾਦ ਲਈ ਜਦ ਜੀ ਚਾਏ ਜੋ ਵਸਤੂ ਸੱਚੇ ਪਿਆਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸ੍ਰੀ ਗੁਰੂ ਜੀ ਦਾ ਧਿਆਨ ਧਰ ਕੇ ਅਰਪਣ ਕਰੋਗੇ ਨਾਮਦੇਵ ਦੇ ਦੁੱਧ ਵਰਗੀ ਹੋ ਜਾਵੇਗੀ ਹਾਂ ਜੀ ਪ੍ਰਸਾਦ ਲਈ ਜਦ ਜੀ ਚਾਹੇ ਜੋ ਵਸਤੂ ਸੱਚੇ ਪਿਆਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸ੍ਰੀ ਗੁਰੂ ਜੀ ਦਾ ਧਿਆਨ ਤਰ ਕੇ ਅਰਪਣ ਕਰੋਗੇ ਨਾਮਦੇਵ ਦੇ ਦੁੱਧ ਵਰਗੀ ਹੋ ਜਾਵੇਗੀ ਸਤਿਗੁਰ ਪਿਆਰੇ ਦਾ ਪਿਆਰਾ ਹੈ ਪਰ ਪਿਆਰ ਨਾਲ ਸਾਰੇ ਅਸਰ ਪਾ ਦਿੰਦਾ ਹੈ ਉਹ ਦਰਿਆ ਨਾ ਕਰੋ ਸਤਿਗੁਰ ਜੀ ਹਰਦਮ ਅੰਦਰ ਹੈ ਤੁਸੀਂ ਹਰਦਮ ਯਾਦ ਰੱਖਿਆ ਕਰੋ ਜੋ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸਮਾਲੇ ਵਾਹਿਗੁਰੂ ਦੇ ਸਿਮਰਨ ਵਿੱਚ ਟਿਕੇ ਰਿਹਾ ਕਰੋ ਜੀਵਨ ਦਾ ਲਾਹਾ ਇਹੋ ਹੈ ਕਿ ਆਪਣੇ ਅੰਦਰ ਮਾਲਕ ਨੂੰ ਆਪਣੀ ਟੇਕ ਬਣਾ ਕੇ ਉਸ ਤੇ ਟਿਕੇ ਰਹੇ ਤੇ ਆਨੰਦ ਰਹੇ ਹਾਂਜੀ ਵਾਹਿਗੁਰੂ ਦੇ ਸਿਮਰਨ ਵਿੱਚ ਟਿਕੇ ਰਿਹਾ ਕਰੋ ਜੀਵਨ ਦਾ ਲਾਹਾ ਇਹੋ ਹੈ ਕਿ ਆਪਣੇ ਅੰਦਰ ਮਾਲਕ ਨੂੰ ਆਪਣੀ ਟੇਕ ਬਣਾ ਕੇ ਉਸ ਤੇ ਟਿਕੇ ਰਹੇ ਤੇ ਆਨੰਦ ਰਹੇ ਅਧਿਕਾਰੀ ਵੀਰ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ